ਤੇ ਤੁਸੀਂ ਵੇਖ ਰਹੇ ਹੋ ਚੇਬ ਟੀਵੀ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੱਸ ਦਈਏ ਕਿ ਸੁਪਰ ਫਾਸਟ ਟ੍ਰੇਨ ਦੀ ਟੱਕਰ ਹੋਈ ਹੈ, ਜਿਸ ਕਾਰਨ ਟ੍ਰੇਨ ਦੇ 4 ਡੱਬੇ ਪਟੜੀ ਤੋਂ ਹੇਠਾਂ ਉਤਰੇ ਨੇ ਤੇ ਕਈ ਸਵਾਰੀਆਂ ਵੀ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੁਪਰ ਫਾਸਟ ਟ੍ਰੇਨ ਉਸਦੇ ਜੋ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉਤਰੇ ਹੋਏ ਨੇ। ਤੇ ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਹਾ ਜਾ ਰਿਹਾ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸਦੇ 4 ਡੱਬੇ ਪਟੜੀ ਤੋਂ ਹੇਠਾਂ ਉਤਰੇ ਨੇ ਤੇ ਕਈ ਸਵਾਰੀਆਂ ਵੀ ਇਸ ਹਾਦਸੇ ਦੇ ਵਿੱਚ ਜਿਹੜੀਆਂ ਜ਼ਖਮੀ ਹੋਈਆਂ ਨੇ। ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਜਿਹੜਾ ਵਾਪਰਿਆ ਸੀ, ਜਿਸ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਕਿ ਰਾਜਸਥਾਨ ਦੇ ਮਦਾਰ ਰੇਲਵੇ ਸਟੇਸ਼ਨ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਕਿ ਸੁਪਰ ਫਾਸਟ ਟ੍ਰੇਨ ਤੇ ਮਾਲ ਗੱਡੀ ਇੱਕੋ ਹੀ ਟਰੈਕ ਉੱਤੇ ਆ ਜਾਂਦੀਆਂ ਨੇ, ਪਰ ਜਦੋਂ ਸੁਪਰ ਫਾਸਟ ਟ੍ਰੇਨ ਦਾ ਡਰਾਈਵਰ ਦੇਖਦਾ ਹੈ ਤਾਂ ਉਸਦੇ ਵੱਲੋਂ ਤੁਰੰਤ ਐਮਰਜੈਂਸੀ ਬ੍ਰੇਕ ਵੀ ਲਗਾਈ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਤੱਕ ਟ੍ਰੇਨ ਰੁਕਦੀ ਹੈ ਤਾਂ ਉਦੋਂ ਤੱਕ ਟੱਕਰ ਹੋ ਜਾਂਦੀ ਹੈ। ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਹੈ ਉਹ ਜਿਹੜੀ ਮਾਲ ਗੱਡੀ ਦੇ ਨਾਲ ਉਸਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਫਿਲਹਾਲ ਮੌਕੇ ਉੱਤੇ ਰਾਹਤ ਕਾਰਜ ਹੈ ਜੋ ਲਗਾਤਾਰ ਜਾਰੀ ਕੀਤਾ ਹੋਇਆ, ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ। ਇਸੇ ਦੌਰਾਨ ਹਾਦਸੇ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੇ ਜੋ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉਤਰੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਸੁਪਰ ਫਾਸਟ ਟ੍ਰੇਨ ਪਟੜੀ ਤੋਂ ਹੇਠਾਂ ਉਤਰੀ ਤਾਂ ਕਈ ਖੰਭਿਆਂ ਨੂੰ ਵੀ ਤੋੜਦੀ ਹੋਈ ਕਈ ਕਿਲੋਮੀਟਰ ਦੂਰ ਤੱਕ ਅੱਗੇ ਚਲੀ ਗਈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸਦੇ ਕਈ ਡੱਬੇ ਜਿਹੜੇ ਨੇ ਪਟੜੀ ਤੋਂ ਹੇਠਾਂ ਉਤਰੇ ਤੇ ਕਈ ਸਵਾਰੀਆਂ ਇਸਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਤਾਂ ਰਾਜਸਥਾਨ ਤੋਂ ਇਹ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਿੱਥੇ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਮਾਲ ਗੱਡੀ ਦੇ ਨਾਲ ਟੱਕਰ ਹੋਈ ਹੈ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਚੇਬ ਟੀਵੀ।